ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਬਹੁਤ ਵੀਰਾਂ ਦੇ ਕਮੈਂਟ ਆ ਰਹੇ ਸੀ ਕਿ ਛਿੰਦਾ ਛਿੰਦਾ ਨੋ ਪਾਪਾ ਕਦੋਂ ਮੂਵੀ OTT 'ਤੇ ਆਏਗੀ। ਇਸ ਮੂਵੀ ਦੀ ਕੁਝ OTT ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਪੂਰਾ ਵੇਖਿਓ, ਚੰਗੀ ਲੱਗੇ ਤਾਂ ਲਾਈਕ ਵੀ ਕਰ ਦਿਓ। ਗੱਲ ਕਰੀਏ ਮੂਵੀ ਬਾਰੇ, ਤਾਂ ਇਹ ਮੂਵੀ 10 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ। ਇਸ ਮੂਵੀ ਦੇ ਵਿੱਚ ਗਿੱਪੀ ਗਰੇਵਾਲ, ਛਿੰਦਾ ਗਰੇਵਾਲ, ਹੀਨਾ ਖਾਨ, ਪ੍ਰਿੰਸ ਕਮਲਜੀਤ ਸਿੰਘ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਨੇ। ਇਹ ਮੂਵੀ ਇੱਕ ਕੋਮੇਡੀ ਡਰਾਮਾ ਮੂਵੀ ਆ, ਇੱਕ ਪਰਿਵਾਰਿਕ ਮੂਵੀ ਆ। ਮੂਵੀ ਬਹੁਤ ਵਧੀਆ ਹੈ। ਇਹ ਮੂਵੀ ਜੇ ਤੁਸੀਂ ਦੇਖਣਾ ਚਾਹੁੰਦੇ ਜੇ ਤਾਂ ਸਾਡੇ ਟੈਲੀਗ੍ਰਾਮ ਚੈਨਲ 'ਤੇ ਤੁਹਾਨੂੰ ਜਾਓ, ਉੱਥੇ ਤੁਹਾਨੂੰ ਮਿਲ ਜਾਏਗੀ ਲੀਕ ਹੋਈ। ਜੇ ਗੱਲ ਕੀਤੀ ਜਾਵੇ ਇਸ ਮੂਵੀ ਦੀ OTT ਦੇ ਬਾਰੇ, ਤਾਂ ਇਸ ਮੂਵੀ ਦੇ OTT ਰਾਈਟ ਚੌਪਾਲ ਨੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਖਰੀਦ ਲਏ ਸੀ। ਜੇ ਗੱਲ ਕੀਤੀ ਜਾਵੇ ਰਿਲੀਜ਼ ਬਾਰੇ, ਤਾਂ ਚੌਪਾਲ ਆਪਣੀ ਹਰ ਮੂਵੀ 10 ਹਫ਼ਤੇ ਪੂਰੇ ਹੋਣ ਤੋਂ ਬਾਅਦ ਰਿਲੀਜ਼ ਕਰਦਾ ਹੈ। ਪਰ ਇਹ ਮੂਵੀ ਗਿੱਪੀ ਗਰੇਵਾਲ ਦੀ ਹੈ, ਇੱਕ ਸੁਪਰਸਟਾਰ ਦੀ, ਨਾਲ ਇਹ ਮੂਵੀ ਅਜੇ ਸਿਨੇਮਾ ਘਰਾਂ ਵਿੱਚ ਵੀ ਬਹੁਤ ਵਧੀਆ ਕਾਰੋਬਾਰ ਕਰ ਰਹੀ ਹੈ। ਤੁਸੀਂ ਜਾਣਦੇ ਹੋ ਇੱਕ ਮੂਵੀ ਗਿੱਪੀ ਗਰੇਵਾਲ ਦੀ, ਜੱਟ ਨੂੰ ਚੁੜੇਲ ਟੱਕਰੀ, ਜੋ 20 ਜੂਨ ਨੂੰ ਆਉਣੀ ਹੈ, ਉਹ ਪੂਰੇ 98 ਦਿਨ 14 ਹਫ਼ਤੇ ਪੂਰੇ ਕਰਨ ਤੋਂ ਬਾਅਦ ਹੀ OTT 'ਤੇ ਆਈ ਹੈ। ਇਹ ਮੂਵੀ ਵੀ ਬਹੁਤ ਵੱਡੀ ਹੈ। ਇਹ ਮੂਵੀ ਵੀ 14-15 ਹਫ਼ਤੇ ਪੂਰੇ ਕਰਨ ਤੋਂ ਬਾਅਦ OTT 'ਤੇ ਆਏਗੀ। ਇਹ ਮੂਵੀ ਸਾਨੂੰ ਲਗਭਗ ਜੁਲਾਈ ਲਾਸਟ ਜਾਂ ਫਿਰ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਦੇਖਣ ਮਿਲ ਸਕਦੀ ਹੈ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।